ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਖਬਰ ਪੰਜਾਬ ਤੋਂ ਜਿੱਥੇ 3 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਘਰ ਦੇ ਅੰਦਰ ਦਿੱਤੀ ਪਿਆਉਣੇ ਇਸ ਤਰ੍ਹਾਂ ਮੌਤ ਮੱਚੀ ਹਾਹਾਕਾਰ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਪੰਜਾਬ ਦੇ ਵਿੱਚ 3 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਘਰ ਦੇ ਅੰਦਰ ਹੀ ਪਿਓ ਦੇ ਵੱਲੋਂ ਇਸ ਤਰ੍ਹਾਂ ਦਰਦਨਾਕ ਮੌਤ ਦਿੱਤੀ ਗਈ ਹਾਹਾਕਰ ਮੱਛਕੀ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਨਾਬਾ ਦੇ ਮੁਹੱਲੇ ਪਾਂਡੂ ਸਰ ਤੋਂ ਸਾਹਮਣੇ ਆਇਆ ਜਿੱਥੇ ਨਸ਼ੇ ਵਿੱਚ ਤੁੱਤ ਬਾਪ ਦੇ ਵੱਲੋਂ ਆਪਣੀ 3 ਮਹੀਨੇ ਦੀ ਬੱਚੀ ਨੂੰ ਦਰਦਨਾਕ ਮੌਤ ਦਿੱਤੀ ਗਈ ਸਪਿਓ ਦੇ ਵੱਲੋਂ ਆਪਣੀ 3 ਮਹੀਨੇ ਦੀ ਬੱਚੀ ਨੂੰ ਕੰਦ ਦੇ ਨਾਲ ਪਟਕ ਪਟਕ ਕੇ ਮਾਰਿਆ ਗਿਆ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਘੜਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੀ ਦੇ ਦਾਦੀ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ 1.5 ਸਾਲ ਪਹਿਲਾਂ ਆਪਣੇ ਪੁੱਤਰ ਸੰਜੀਪ ਕੁਮਾਰ ਦਾ ਵਿਆਹ ਕ੍ਰਿਤਿਕਾ ਸ਼ਰਮਾ ਦੇ ਨਾਲ ਕੀਤਾ ਗਿਆ ਸੀ ਬੱਚੀ ਦੀ ਤਸਵੀਰ ਤੁਸੀਂ ਆਪਣੇ ਫੋਨ ਦੀ ਡਿਸਪਲੇ ਤੇ ਦੇਖ ਸਕਦੇ ਹੋ ਜਿਉਂਨਾ ਦਾ ਜਿਹੜਾ ਪੁੱਤਰ ਨਸ਼ੇ ਦਾਦੀ ਸੀ ਉੱਤੇ ਹੀ ਬੀਤੀ ਰਾਤ ਉਸ ਵੱਲੋਂ ਕਮਰੇ ਚ ਸ਼ੋਰ ਸ਼ਰਾਬਾ ਸੁਣ ਦੇਖਿਆ ਗਿਆ ਤਾਂ ਕਮਰੇ ਦੀ ਕੰਦ ਜਿਹੜੀ ਖੂਨ ਦੇ ਨਾਲ ਲੱਤਪੱਤ ਸੀ ਬੱਚੀ ਵੀ ਖੂਨ ਨਾਲ ਲੱਤਪੱਤ ਪਈ ਸੀ ਬੱਚੀ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਹਸਪਤਾਲ ਦੇ ਵਿੱਚ ਬੱਚੀ ਨੂੰ ਮਰਿਤਕ ਘੁਸਤ ਕਰ ਦਿੱਤਾ ਇਸ ਘਟਨਾ ਤੋਂ ਬਾਅਦ ਬੱਚੀ ਦੇ ਮਾਤਾ ਪਿਤਾ ਘਰ ਤੋਂ ਫਰਾਰ ਹਨ ਉੱਤੇ ਹੀ ਪੁਲਿਸ ਵੱਲੋਂ ਬੱਚੀ ਦੇ ਦਾਦਾ ਦਾਦੀ ਦੇ ਬਿਆਨਾਂ ਉੱਪਰ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ ਦਾਦੀ ਦੇ ਵੱਲੋਂ ਬੱਚੀ ਦੇ ਮਾਤਾ ਪਿਤਾ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਗਈ ਹੈ ਦੋਸਤੋ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਰੱਖ ਸਕਦੇ ਹੋ ਧੰਨਵਾਦ